ਮੇਰਾ ਕਿਸੇ ਨਾਲ ਮੁਕਾਬਲਾ ਕੋਈ ਨਾ ਹੀ ਮੇਰੇ ਕੋਈ ਲੈਣੇ ਦੇਣੇ ਚ ਹੈਗੇ ਜਿੱਦਣ ਮੈਂ ਆਪਦੇ ਹਿਸਾਬ ਕਿਤਾਬ ਚ ਆ ਗਿਆ ਜਿਹਨਾਂ ਕੋਲ ਤੁਸੀਂ ਜਾਂਦੇ ਹੋ ਉਹ ਵੀ ਨੀ ਖੜਦੇ ਮੇਰੇ ਮੁੰਡਿਆਂ ਨਾਲ ਹਾਂਜੀ ਕੀ ਹਾਲ ਚਾਲ ਆ ਗਏ ਨਿਊ ਵਲੌਗ ਦੇ ਨਾਲ ਵੈਲਕਮ ਟੂ ਦਾ ਵਲੌਗ ਤੇ ਮਿੱਤਰੋ ਜਿਹੜਾ ਅੱਜ ਦਾ ਵਲੌਗ ਆ ਉਹ ਹੈਗਾ ਸਰਵਿਸ ਰਿਲੇਟਡ ਇਹ ਵਲੌਗ ਵਿੱਚ ਤੁਹਾਨੂੰ ਸਰਵਿਸ ਬਾਰੇ ਸਾਰਾ ਕੁਝ ਕਲੀਅਰ ਹੋ ਜਾਊਗਾ ਬੇਸਿਕਲੀ ਜਿਹੜਾ ਇਹ ਵਲੌਗ ਆ ਇਹ ਸਰਵਿਸ ਗਾਈਡ ਤੇ ਆ ਤੇ ਇਹ ਤੁਹਾਨੂੰ ਸਾਰੀਆਂ ਗੱਲਾਂ ਬਾਤਾਂ ਪਤਾ ਹੋਣੀਆਂ ਬਹੁਤ ਜ਼ਰੂਰੀ ਕਿਉਂਕਿ ਬਹੁਤ ਏਜੰਸੀਆਂ ਦੇ ਵਿੱਚ ਨਾ ਸਰਵਿਸ ਨੂੰ ਪ੍ਰੋਪਰ ਨਹੀਂ ਕਰਦੇ ਹੈਗੇ ਜੇ ਤੁਹਾਨੂੰ ਸਾਰਾ ਕੁਝ ਕਲੀਅਰ ਹੋਊਗਾ ਤਾਂ ਤੁਸੀਂ ਆਪਣਾ ਧਿਆਨ ਨਾਲ ਸਰਵਿਸ ਵਗੈਰਾ ਚੰਗੀ ਤਰ੍ਹਾਂ ਕਰਾ ਸਕਦੇ ਹੋ ਹੁਣ ਸਰਵਿਸ ਦਾ ਮਤਲਬ ਕੀ ਆ ਸਰਵਿਸ ਹੁੰਦੀ ਕੀ ਆ ਸਰਵਿਸ ਹੁੰਦੀ ਕਿੰਨੇ ਟਾਈਮ ਬਾਅਦ ਆ ਉਹ ਤੋਂ ਬਾਅਦ ਇਹਦੇ ਵਿੱਚ ਕਿਹੜੇ ਕਿਹੜੇ ਪਾਰਟ ਰਿਪਲੇਸ ਹੁੰਦੇ ਆ ਇੰਸਪੈਕਟ ਹੁੰਦੇ ਆ ਜਾਂ ਆਪਣੇ ਚੈੱਕ ਹੁੰਦੇ ਆ ਇਹ ਸਾਰਾ ਕੁਝ ਇਹ ਵਲੌਗ ਚ ਤੁਹਾਨੂੰ ਕਲੀਅਰ ਹੋ ਜਾਊਗਾ ਆਪਣੀ ਪਹਿਲੀ ਸਰਵਿਸ ਵਿੱਚ ਕਿਆ ਹੁੰਦਾ ਦੂਜੀ ਵਿੱਚ ਕਿਆ ਹੁੰਦਾ ਤੀਜੀ ਚ ਕਿਆ ਹੁੰਦਾ ਇਹਦੇ ਚ ਏ ਟੂ ਜ਼ੈਡ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਕਿੰਨੀਆਂ ਸਰਵਿਸਾਂ ਆਪਣੀਆਂ ਫ੍ਰੀ ਹੁੰਦੀਆਂ ਨੇ ਉਹ ਤੋਂ ਬਾਅਦ ਕੁਆਲਿਟੀ ਚੈੱਕ ਦਾ ਜਿਹੜਾ ਆਪਸ਼ਨ ਹੁੰਦਾ ਉਹ ਕਿਆ ਹੁੰਦਾ ਇਹ ਚੀਜ਼ ਬਹੁਤ ਘੱਟ ਨੂੰ ਪਤਾ ਹੈ ਇਹ ਤੁਹਾਨੂੰ ਮੈਂ ਕਲੀਅਰ ਕਰ ਦੂੰਗਾ ਵਿੱਚ ਤੁਹਾਨੂੰ ਇਸ ਵਲੌਗ ਤੋਂ ਬਾਅਦ ਕਦੇ ਵੀ ਸਰਵਿਸ ਕਰਾਉਣ ਲੱਗੇ ਰਿਸਰਚ ਨਹੀਂ ਕਰਨੀ ਪੈਣੀ ਹੈਗੀ ਇਹਦੇ ਚ ਸਾਰਾ ਤੁਹਾਨੂੰ ਟੋਟਲੀ ਫੁੱਲ ਡਿਟੇਲ ਵਿੱਚ ਕਲੀਅਰ ਹੋ ਜਾਊਗਾ ਤੁਹਾਨੂੰ ਹਰ ਇੱਕ ਬੁਲਟ ਦੇ ਪਾਰਟ ਦਾ ਪਤਾ ਹੋਊਗਾ ਵੀ ਕਿਹੜਾ ਆਪਣਾ ਉਹਦੇ ਚ ਚੈੱਕ ਹੋਊਗਾ ਕਿਹੜਾ ਇੰਸਪੈਕਟ ਹੋਊਗਾ ਜਾਂ ਕਿਹੜਾ ਰਿਪਲੇਸ ਹੋਊਗਾ ਤੇ ਮੈਂ ਆਪਣੀ ਕਿਸੇ ਵੀ ਵੀਡੀਓ ਵਿੱਚ ਹਵਾ 'ਚ ਗੱਲਾਂ ਨਹੀਂ ਕਰਦਾ ਹੈਗਾ ਜਿੱਥੋਂ ਵੀ ਮੈਂ ਪੜ੍ਹਿਆ ਹੁੰਦਾ ਜਾਂ ਜੋ ਵੀ ਬੁਲਟ ਲਈ ਲੀਗਲ ਆ ਤੇ ਜਿੰਨੀ ਕੁ ਵੀ ਮੈਨੂੰ ਨੌਲੇਜ ਤੇ ਅੰਡਰਸਟੈਂਡਿੰਗ ਆ ਉਹ ਹਿਸਾਬ ਨਾਲ ਮੈਂ ਤੁਹਾਨੂੰ ਦੱਸਦਾ ਤੇ ਜਿੱਥੋਂ ਵੀ ਮੈਂ ਪੜ੍ਹਿਆ ਹੁੰਦਾ ਗੂਗਲ ਤੋਂ ਜਾਂ ਯੂਜ਼ਰ ਮੈਨੂਅਲ ਤੋਂ ਮੈਂ ਤੁਹਾਨੂੰ ਨਾਲ ਦੀ ਨਾਲ ਸ਼ੋਅ ਵੀ ਕਰਦਾ ਤਾਂ ਤੁਸੀਂ ਆਪ ਵੀ ਉਹਨੂੰ ਚੈੱਕ ਕਰ ਸਕਦੇ ਆ ਸੋ ਹੁਣ ਮੇਨ ਸਰਵਿਸ ਦੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਤੇ ਹੋਰ ਧਿਆਨ ਦਿਓ ਹੁਣ ਜਿੱਦਾਂ BS6 ਮਾਡਲ ਆ ਉਹਦੇ 'ਚ ਨਾ ਆਪਾਂ ਨੂੰ ਯੂਜ਼ਰ ਮੈਨੂਅਲ ਆਉਂਦਾ ਉਹ ਤੁਹਾਨੂੰ ਆਫਲਾਈਨ ਵੀ ਮਿਲ ਜਾਂਦਾ ਤੇ ਤੁਸੀਂ ਆਨਲਾਈਨ ਵੀ ਆਪਣਾ ਕੱਢ ਸਕਦੇ ਆ ਉਹਦੇ ਵਿੱਚ ਕੀ ਆ ਨਾ ਜਿਹੜੀ ਸਰਵਿਸ ਰਿਲੇਟਡ ਇਨਫੋਰਮੇਸ਼ਨ ਆ ਉਹ ਬੜੀ ਘੱਟ ਆ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਪਰ ਤੁਹਾਨੂੰ ਉਹ ਤੋਂ ਵੀ ਜ਼ਿਆਦਾ ਕਿੱਦਾਂ ਮਿਲੂਗੀ ਇਨਫੋਰਮੇਸ਼ਨ ਸਰਵਿਸ ਰਿਲੇਟਡ ਉਹ ਤੁਹਾਨੂੰ ਮੈਂ ਦੱਸਦਾ ਤੁਸੀਂ ਕੀ ਕਰਨਾ ਡਿਸਕ੍ਰਿਪਸ਼ਨ ਵਿੱਚ ਲਿੰਕ ਵੀ ਹੋਊਗਾ ਉਹ ਤੋਂ ਬਾਅਦ ਤੁਸੀਂ ਗੂਗਲ ਤੇ ਜਾ ਕੇ ਰੌਲ ਇਨ ਫੀਲਡ ਲਿਖਣਾ ਉਹ ਤੋਂ ਬਾਅਦ ਯੂਜ਼ਰ ਮੈਨੂਅਲ ਵਾਲਾ ਇੱਕ ਵਿੱਚ ਆਪਸ਼ਨ ਹੁੰਦਾ ਹੈ ਉਹਦੇ ਤੋਂ ਤੁਸੀਂ ਜਾ ਕੇ ਆਪਣਾ ਬੁਲਟ 350 ਸਿਲੈਕਟ ਕਰ ਲੈਣਾ ਉਹ ਤੋਂ ਬਾਅਦ ਉਹਦੇ ਵਿੱਚ ਤੁਸੀਂ ਆਪਣਾ ਮਾਡਲ ਸਿਲੈਕਟ ਕਰਨ ਲੱਗੇ ਨਾ BS6 ਨਹੀਂ ਸਿਲੈਕਟ ਕਰਨਾ BS4 ਕਰਨਾ ਤਾਂ ਜਿਹੜੀ ਉਹਦੀ PDF ਆ ਤੁਸੀਂ ਉਹ ਡਾਊਨਲੋਡ ਕਰ ਲੈਣੀ ਉਹਦੇ ਵਿੱਚ ਜਿਹੜੀ ਉਹਦੇ ਬਾਰੇ ਇਨਫੋਰਮੇਸ਼ਨ ਉਹ ਬਹੁਤ ਜ਼ਿਆਦਾ ਹੈ ਹਰ ਇੱਕ ਸਰਵਿਸ ਰਿਲੇਟਡ ਉਹ ਬਹੁਤ ਜ਼ਿਆਦਾ ਚੀਜ਼ਾਂ ਦੱਸੀਆਂ ਹੋਈਆਂ ਨੇ ਜੋ PS6 ਦੇ ਯੂਜ਼ਰ ਮੈਨੂਅਲ ਵਿੱਚ ਨਹੀਂ ਹੈਗੀਆਂ ਇੰਨੀਆਂ ਤਾਂ ਤੁਹਾਨੂੰ ਉੱਥੇ ਹਰ ਇੱਕ ਸਰਵਿਸ ਬਾਰੇ ਪ੍ਰੋਪਰ ਡਿਟੇਲ ਮਿਲ ਜੂਗੀ ਵੀ ਉਹ ਕਿੱਦਾਂ ਕਿੱਦਾਂ ਕਿਹੜੇ ਪਾਰਟ ਜਿਹੜੇ ਉਹਦੇ ਵਿੱਚ ਕਵਰ ਹੁੰਦੇ ਹੁਣ ਆਪਾਂ ਨੂੰ ਕੰਪਨੀ ਵੱਲੋਂ 4 ਸਰਵਿਸਾਂ ਫ੍ਰੀ ਮਿਲਦੀਆਂ ਨੇ ਉਹਦੇ ਵਿੱਚ ਜਿਹੜਾ ਫ੍ਰੀ ਦਾ ਮਤਲਬ ਇਹ ਆ ਵੀ ਜਿਹੜੀ ਲੇਬਰ ਕਾਸਟ ਹੁੰਦੀ ਆ ਉਹ ਫ੍ਰੀ ਆ ਬਾਕੀ ਜਿੰਨੀਆਂ ਵੀ ਆਈਟਮਾਂ ਜਿੱਦਾਂ ਇੰਜਨ ਆਇਲ ਹੋ ਗਿਆ ਆਇਲ ਫਿਲਟਰ ਹੋ ਗਿਆ ਉਹ ਤੋਂ ਬਾਅਦ ਜਿੰਨੀਆਂ ਵੀ ਕੰਜ਼ਿਊਮੇਬਲ ਆਈਟਮਾਂ ਨੇ ਉਹ ਕਸਟਮਰ ਨੂੰ ਪੇ ਕਰਨੇ ਪੈਂਦੇ ਨੇ ਉਹਦੇ ਹੁਣ ਜਿੱਦਾਂ 4 ਸਰਵਿਸਾਂ 'ਚ ਆਪਣੀ ਲੇਬਰ ਕਾਸਟ ਫ੍ਰੀ ਹੁੰਦੀ ਆ ਤਾਂ ਇਹਦੇ 'ਚ ਇੱਦਾਂ ਨਹੀਂ ਹੈਗਾ ਤੁਸੀਂ ਆਪਣੀਆਂ ਮੇਜਰ ਕੋਈ ਵੀ ਪ੍ਰੋਬਲਮ ਤੁਸੀਂ ਫ੍ਰੀ 'ਚ ਸੈੱਟ ਕਰਵਾ ਸਕਦੇ ਆ ਜਿੱਦਾਂ ਹੁਣ ਆਪਣਾ ਕੋਈ ਵੀ ਮੇਜਰ ਪ੍ਰੋਬਲਮ ਹੋ ਗਈ ਬੁਲਟ 'ਚ ਇੰਜਨ ਖੋਲ੍ਹਣਾ ਜਾਂ ਹੋਰ ਵੀ ਜਿੰਨੇ ਵੀ ਬੜੀਆਂ ਬੜੀਆਂ ਪ੍ਰੋਬਲਮਾਂ ਨੇ ਉਹ ਤੁਸੀਂ ਫ੍ਰੀ ਆਫ ਕਾਸਟ ਇੱਦਾਂ ਸਹੀ ਨਹੀਂ ਕਰਾ ਸਕਦੇ ਇਹਦੇ 'ਚ ਸਿਰਫ ਇੱਦਾਂ ਹੁੰਦਾ ਵੀ ਜਿਹੜੀਆਂ ਮਾਈਨਰ ਪ੍ਰੋਬਲਮਾਂ ਨੇ ਜਿੱਦਾਂ ਚਾਈਨ ਟਾਈਟ ਕਰਨੀਆਂ ਜਾਂ ਹੋਰ ਜਿੰਨੀਆਂ ਵੀ ਛੋਟੀਆਂ ਛੋਟੀਆਂ ਗੱਲਾਂ ਬਾਤਾਂ ਨੇ ਤੁਸੀਂ ਉਹੀ ਫ੍ਰੀ ਆਫ ਕਾਸਟ ਕਰਾ ਸਕਦੇ ਆ ਜੇ ਉਹ ਤੋਂ ਬਾਅਦ ਤੁਸੀਂ ਕੋਈ ਵੀ ਮੇਜਰ ਪ੍ਰੋਬਲਮ ਨੂੰ ਸਹੀ ਕਰਵਾਓਗੇ ਤਾਂ ਉੱਥੇ ਤੁਹਾਨੂੰ ਜਿਹੜੇ ਲੇਬਰ ਦੇ ਵੀ ਚਾਰਜਸ ਉੱਥੇ ਦੇਣੇ ਪੈਣੇ ਆ ਸੋ ਮਿੱਤਰੋ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਸਟ ਸਰਵਿਸ ਦੀ ਹੁਣ ਤੁਹਾਡੀ ਫਸਟ ਸਰਵਿਸ ਹੋਣੀ ਕਦੋਂ ਆ ਜਦੋਂ ਤੁਹਾਡੇ 500 ਕਿਲੋਮੀਟਰ ਜਾਂ 45 ਦਿਨ ਵਿੱਚ ਤੇ ਜਿਹੜਾ ਵੀ ਟਾਰਗੇਟ ਤੁਹਾਡਾ ਪਹਿਲਾਂ ਪੂਰਾ ਹੋ ਗਿਆ ਉਦੋਂ ਤੋਂ ਤੁਸੀਂ ਆਪਣੀ ਫਸਟ ਸਰਵਿਸ ਕਰਵਾ ਸਕਦੇ ਆ ਜਦੋਂ ਮਰਜ਼ੀ ਹੁਣ ਤੁਸੀਂ ਫਸਟ ਸਰਵਿਸ ਤੋਂ ਤੁਹਾਡਾ ਕਿਆ ਕੁਝ ਹੋਊਗਾ ਤੁਸੀਂ PDF 'ਚ ਚੰਗੀ ਤਰ੍ਹਾਂ ਚੈੱਕ ਕਰ ਸਕਦੇ ਆ ਹਰ ਇੱਕ ਚੀਜ਼ ਬਾਰੇ ਉੱਥੇ ਲਿਖਿਆ ਹੋਇਆ ਵੀ ਕਿਹੜੀ ਰਿਪਲੇਸ ਹੋਊਗੀ ਜਾਂ ਕੀ ਹੋਊਗਾ
ਤੇ ਬਾਕੀ ਹੁਣ ਜਿਹੜੀ ਫਰ ਸਰਵਿਸ ਆ ਉਹਦੇ ਵਿੱਚ ਨਾ ਤੁਹਾਡਾ ਇੰਜਨ ਆਇਲ ਤੇ ਜਿਹੜਾ ਆਇਲ ਫਿਲਟਰ ਆ ਉਹੀ ਚੇਂਜ ਹੁੰਦਾ ਹੈ, ਬਾਕੀ ਕੁਛ ਵੀ ਨਹੀਂ ਹੁੰਦਾ ਹੈਗਾ। ਉਹ ਤੋਂ ਬਾਅਦ ਜਿੰਨੀਆਂ ਵੀ ਹੋਰ ਗੱਲਾਂ ਬਾਤਾਂ ਨੇ ਛੋਟੀਆਂ ਛੋਟੀਆਂ ਤਾਂ ਤੁਸੀਂ ਉਹ ਸਾਰਾ ਕੁਝ ਪੀਡੀਐਫ ਚ ਪੜ੍ਹ ਸਕਦੇ ਵੀ ਹੋਰ ਕਿਆ ਕੁਛ ਕਿਹੜੀ ਚੀਜ਼ ਚੈੱਕ ਹੋਊਗੀ, ਕਿਹੜੀ ਰਿਪਲੇਸ ਹੋਊਗੀ, ਤੇ ਸਾਰਾ ਕੁਝ ਉਹਦੇ ਚ ਫੁੱਲ ਡਿਟੇਲ ਵਿੱਚ ਲਿਖਿਆ ਹੋਇਆ। ਬਹੁਤ ਏਜੰਸੀ ਵਾਲੇ ਇਹ ਚੀਜ਼ਾਂ ਕਰਦੇ ਨਹੀਂ ਹੈਗੇ, ਤਾਂ ਤੁਸੀਂ ਇਹੀ ਸਾਰਾ ਕੁਝ ਪੜ੍ਹ ਕੇ ਆਪਣਾ ਧਿਆਨ ਨਾਲ ਕਰਵਾਉਣਾ ਜ਼ਰੂਰ ਆ। ਹੁਣ ਜਿਹੜਾ ਇੰਜਨ ਆਇਲ ਆ ਉਹ ਇਹਦੇ ਵਿੱਚ 2 ਲੀਟਰ ਤੇ 300 ml ਕੁਛ ਪੈਂਦਾ, ਤੇ ਉਹ ਤੋਂ ਬਾਅਦ ਇੱਕ ਗੱਲ ਦਾ ਹੋਰ ਧਿਆਨ ਦਿਓ, ਜਦੋਂ ਆਪਾਂ ਆਇਲ ਫਿਲਟਰ ਲਾਉਂਦੇ ਹਾਂ ਉਦੋਂ ਉਹ ਟਾਈਮ ਤੇ ਨਾ ਲੀਕੇਜ ਲਈ ਨਾ RTV ਗਲੂ ਲਾਉਣਾ ਪੈਂਦਾ, ਤਾਂ ਉਹ ਧਿਆਨ ਦਿਓ ਵੀ ਉਹ ਚੰਗੀ ਤਰ੍ਹਾਂ ਲਗਾ ਦੇਣ। ਸਰਵਿਸ ਵਿੱਚ ਜਿਹੜੀ ਫ੍ਰੀ ਵਾਸ਼ ਵੀ ਹੁੰਦੀ ਆ, ਤਾਂ ਚਾਹੇ ਬੁਲਟ ਗੰਦਾ ਹੋਵੇ ਜਾਂ ਨਾ ਹੋਵੇ ਤਾਂ ਵੀ ਤੁਸੀਂ ਜ਼ਰੂਰ ਧਵਾ ਲਿਓ ਆਪਣਾ। ਤੇ ਇੱਕ ਹੋਰ ਮੇਨ ਗੱਲ, ਹੁਣ ਸਰਵਿਸ ਦਾ ਮਤਲਬ ਕੀ ਆ ਵੀ ਬੁਲਟ ਦੀ ਪੀਰੀਓਡਿਕ ਟਾਈਮ ਦੇ ਹਿਸਾਬ ਨਾਲ ਮੇਨਟੇਨੈਂਸ ਹੋਣੀ, ਵਧੀਆ ਐਵਰੇਜ ਲਈ ਤੇ ਵਧੀਆ ਹੈਲਥ ਲਈ, ਵੀ ਲੌਂਗ ਟਰਮ ਦੇ ਵਿੱਚ ਉਹ ਵਧੀਆ ਚੱਲੇ। ਸੋ ਤੁਸੀਂ ਸਰਵਿਸ ਟਾਈਮ ਨਾਲ ਕਰਾਉਣੀ ਆ, ਉਹ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਦੇਣਾ, ਜਦੋਂ ਵੀ ਤੁਸੀਂ ਸਰਵਿਸ ਕਰਾਉਣ ਜਾਣਾ ਹੈ ਉਹ ਤੋਂ ਪਹਿਲਾਂ ਤੁਸੀਂ ਆਪਣੇ ਬੁਲਟ ਨੂੰ ਸਾਰਾ ਕੁਝ ਚੈੱਕ ਕਰਨਾ ਵੀ ਉਹਦੇ 'ਚ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਆ ਰਹੀ, ਜਿੱਦਾਂ ਇੰਜਨ ਜਿੱਦਾਂ ਓਵਰ ਹੀਟ ਹੋ ਰਿਹਾ ਜਾਂ ਹੋਰ ਓਵਰ ਸਾਊਂਡ ਦੇ ਰਿਹਾ। ਉਹ ਤੋਂ ਬਾਅਦ ਜਿੱਦਾਂ ਆਪਣੇ ਇੰਡੀਕੇਟਰਾਂ ਦੇ ਵਿੱਚ ਮੋਇਸਚਰ ਆ ਰਿਹਾ ਹੈ, ਆਪਣੇ ਅਲਾਏ ਪਵਾਏ ਆ, ਤਾਂ ਉਹ ਤੋਂ ਬਾਅਦ ABS ਨਹੀਂ ਚੰਗੀ ਤਰ੍ਹਾਂ ਵਰਕ ਕਰ ਰਿਹਾ, ਜਾਂ ਹੋਰ ਜਿੱਦਾਂ ਹੋਰ ਵੀ ਜਿੰਨੇ ਵੀ ਪ੍ਰੋਬਲਮ ਆ ਤੁਸੀਂ ਸਰਵਿਸ ਕਰਾਉਣ ਤੋਂ ਪਹਿਲਾਂ ਉਹ ਚੈੱਕ ਕਰਨੀਆਂ ਨੇ। ਉਹ ਤੋਂ ਬਾਅਦ ਜਦੋਂ ਤੁਸੀਂ ਸਰਵਿਸ ਕਰਾਉਣ ਗਏ ਆ, ਤਾਂ ਉਦੋਂ ਤੁਸੀਂ ਉਹ ਸਾਰੀਆਂ ਗੱਲਾਂ ਬਾਤਾਂ ਦੱਸ ਕੇ ਤੁਸੀਂ ਉਹ ਸਹੀ ਕਰਾਉਣੀਆਂ ਨੇ। ਹੁਣ ਫਸਟ ਸਰਵਿਸ ਜਿਹੜੀ ਤੁਹਾਡੀ ਕੋਸਟ ਆਉਣੀ ਆ ਉਹ 1150 ਕੁਛ ਆਉਂਦੀ ਆ, ਤਾਂ ਉਹ ਤੋਂ ਬਾਅਦ ਜਿਹੜੇ ਤੁਸੀਂ ਐਕਸਟਰਾ ਕੰਮ ਕਰਾਏ ਹੋਣਗੇ ਜਾਂ ਉਹਦੇ ਫਿਰ ਵਿੱਚ ਐਡ ਹੋਣਗੇ ਪੈਸੇ, ਤੇ ਬਹੁਤ ਚੀਜ਼ਾਂ ਤਾਂ ਆਪਣੀਆਂ ਵਾਰੰਟੀ 'ਚ ਰਿਪਲੇਸ ਹੋ ਜਾਂਦੀਆਂ ਨੇ। ਬਟ ਉਹ ਤੋਂ ਬਾਅਦ ਜਿੱਦਾਂ ਹੁਣ ਤੁਸੀਂ ਕੋਈ ਵੀ ਯੂਜ਼ ਵਾਲੀਆਂ ਚੀਜ਼ਾਂ ਜਿਹੜੀਆਂ ਕੰਜ਼ਿਊਮੇਬਲ ਨੇ, ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਨਾ ਉਹ ਯੂਜ਼ 'ਤੇ ਡਿਪੈਂਡ ਕਰਦੀਆਂ ਨੇ, ਉਹਨਾਂ ਦੇ ਤੁਹਾਨੂੰ ਪੈਸੇ ਦੇਣੇ ਪੈਣੇ ਆ। ਤੇ ਇਹ ਜਿਹੜੀ ਓਵਰਆਲ ਆ ਤੁਹਾਡਾ ਫਸਟ ਸਰਵਿਸ ਦੇ ਬਾਰੇ ਆ, ਇਹੀ ਹੁੰਦੀ ਫਸਟ ਸਰਵਿਸ। ਹੁਣ ਜੇ ਆਪਾਂ ਸੈਕਿੰਡ ਸਰਵਿਸ ਦੀ ਗੱਲ ਕਰੀਏ, ਉਹ 5000 ਕਿਲੋਮੀਟਰ ਤੇ 6 ਮੰਥ ਦੇ ਪੀਰੀਅਡ ਵਿੱਚ ਹੁੰਦੀ ਹੈ। ਜਿਹੜਾ ਵੀ ਤੁਹਾਡਾ ਟਾਰਗੇਟ ਪਹਿਲਾਂ ਪੂਰਾ ਹੋ ਗਿਆ ਉਦੋਂ ਤੁਸੀਂ ਆਪਣੀ ਸੈਕਿੰਡ ਸਰਵਿਸ ਕਰਾ ਸਕਦੇ ਹੋ। ਇਹ ਸਰਵਿਸ ਵਿੱਚ ਤੁਹਾਡਾ ਕੁਛ ਵੀ ਰਿਪਲੇਸ ਨਹੀਂ ਹੁੰਦਾ ਹੈਗਾ, ਜਿਹੜਾ ਇੰਜਨ ਆਇਲ ਵੀ ਆ ਨਾ ਉਹਦਾ ਲੈਵਲ ਜਿਹੜਾ ਚੈੱਕ ਹੁੰਦਾ ਵੀ ਉਹ ਜਿੰਨਾ ਵੀ ਘਟਿਆ ਹੁੰਦਾ ਤਾਂ ਉਹ ਉਹਨਾਂ ਉੱਪਰ ਤੋਂ ਪਾ ਦਿੰਦੇ, ਮਤਲਬ ਟੌਪ ਅਪ ਕਰ ਦਿੰਦੇ। ਤੇ ਬਾਕੀ ਡਿਪੈਂਡ ਕਰਦਾ ਤੁਹਾਡਾ ਬੁਲਟ ਜਿਹੜਾ ਉਹ ਕਿੱਦਾਂ ਚੱਲਿਆ ਹੋਇਆ, ਜੇ ਕੋਈ ਵੀ ਚੀਜ਼ ਦੀ ਵਿੱਚ ਜ਼ਰੂਰਤ ਹੁੰਦੀ ਹੈ ਰਿਪਲੇਸ ਹੋਣ ਦੀ ਤਾਂ ਉਹ ਹੋ ਜਾਂਦੀ ਹੈ, ਬਾਕੀ ਜੇ ਨੋਰਮਲ ਚੱਲਿਆ ਹੋਵੇ ਤਾਂ ਉਹਦੇ ਵਿੱਚ ਇੱਦਾਂ ਲੋੜ ਨਹੀਂ ਪੈਂਦੀ ਹੈਗੀ ਕੁਛ ਵੀ ਰਿਪਲੇਸ ਕਰਨ ਦੀ। ਬਸ ਇਕੱਲਾ ਇਹ ਸਰਵਿਸ ਆ ਜਿਹੜੀ ਚੈੱਕਅਪ ਲਈ ਉਹ ਆ, ਮਤਲਬ ਜਿਹੜੀਆਂ ਯੂਜ਼ ਵਾਲੀਆਂ ਚੀਜ਼ਾਂ ਨੇ ਉਹ ਜ਼ਿਆਦਾ ਯੂਜ਼ ਹੋ ਗਈਆਂ ਹੋਣ, ਵੀ ਰਿਪਲੇਸ ਕਰਨੀਆਂ ਹੀ ਪੈਣੀਆਂ ਨੇ, ਤਾਂ ਫਿਰ ਉਹ ਰਿਪਲੇਸ ਕਰਦੇ ਆ, ਨਹੀਂ ਇਹਦੇ 'ਚ ਲੋੜ ਨਹੀਂ ਪੈਂਦੀ ਹੈਗੀ। ਤੁਸੀਂ ਇਹ ਸਾਰਾ ਕੁਛ ਆਪਣਾ PDF 'ਚ ਚੈੱਕ ਕਰ ਸਕਦੇ ਆ ਜਦੋਂ ਤੁਸੀਂ ਸਰਵਿਸ ਕਰਾਉਣ ਲੱਗੇ ਹੋ ਉਹ ਤੋਂ ਪਹਿਲਾਂ। ਸੋ ਜਿਹੜੀ ਇਹ ਸਰਵਿਸ ਆ ਇਹਦੇ ਵਿੱਚ ਜ਼ਿਆਦਾ ਕੁਛ ਨਹੀਂ ਹੁੰਦਾ, ਸਿਰਫ ਚੈੱਕਅਪ ਵਾਲੀ ਉਹ ਆ, ਤਾਂ ਇਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਆ ਉਹ ਅਪਰੋਕਸ 120 ਰੁਪਏ ਆਉਂਦੀ ਆ। ਤੇ ਉਹ ਤੋਂ ਬਾਅਦ ਜਿਹੜੀਆਂ ਵੀ ਤੁਹਾਡੀਆਂ ਹੋਰ ਚੀਜ਼ਾਂ ਨੇ ਤੁਸੀਂ ਐਕਸਟਰਾ ਕਰਵਾਈਆਂ ਨੇ, ਜਿੱਦਾਂ ਕੋਈ ਵੀ ਹੋਰ ਚੀਜ਼ ਰਿਪਲੇਸ ਹੋਈ ਆ, ਤਾਂ ਉਹਦੇ ਤੁਹਾਡੇ ਐਕਸਟਰਾ ਪੈਸੇ ਲੱਗਣਗੇ, ਨਹੀਂ ਤਾਂ ਬਸ ਇੱਦਾਂ ਹੀ ਹੈ ਵੀ ਇਕੱਲਾ ਚੈੱਕਅਪ ਹੀ ਹੁੰਦਾ ਇਹ ਸਰਵਿਸ 'ਚ। ਤਾਂ ਤੁਸੀਂ ਹੁਣ ਇਹਦੇ ਵਿੱਚ ਵੀ ਆਪਣੇ ਜਿਹੜਾ ਵਾਸ਼ ਆਫ ਫ੍ਰੀ ਹੁੰਦਾ ਤਾਂ ਤੁਸੀਂ ਉਹ ਵੀ ਕਰਵਾ ਲਿਓ। ਤੇ ਹੁਣ ਮਿੱਤਰੋ ਇਹ ਤੋਂ ਅਗਲੀ ਜਿਹੜੀ ਸਰਵਿਸ ਆ ਉਹ ਹੈਗੀ ਤੀਜੀ ਸਰਵਿਸ, ਜਿਹਦੇ ਵਿੱਚ ਆਪਾਂ ਨੂੰ 10000 ਕਿਲੋਮੀਟਰ ਜਾਂ 1 ਈਅਰ ਦਾ ਟਾਈਮ ਹੁੰਦਾ ਹੈ, ਜਦੋਂ ਤੁਹਾਡਾ 1 ਮਹੀਨਾ ਜਦੋਂ ਪੂਰਾ ਹੋ ਗਿਆ ਟਾਰਗੇਟ ਉਦੋਂ ਤੁਸੀਂ ਸਰਵਿਸ ਕਰਵਾ ਸਕਦੇ ਆ। ਤਾਂ ਇਹਦੇ ਵਿੱਚ ਜਿਹੜਾ ਏਅਰ ਫਿਲਟਰ ਤੁਹਾਡਾ ਚੇਂਜ ਹੁੰਦਾ, ਇੰਜਨ ਆਇਲ ਚੇਂਜ ਹੁੰਦਾ ਹੈ, ਤੇ ਆਇਲ ਫਿਲਟਰ ਚੇਂਜ ਹੁੰਦਾ ਹੈ। ਬਾਕੀ ਇਹ ਤੋਂ ਬਾਅਦ ਹੋਰ ਜਿੰਨੀਆਂ ਵੀ ਚੀਜ਼ਾਂ ਨੇ ਉਹ ਆਪਣੇ ਲਿਬਰੀਕੇਟ ਹੋਊਗੀ ਜਾਂ ਕੋਈ ਕਲੀਨ ਹੋਊਗਾ, ਇਹ ਸਾਰਾ ਕੁਝ ਤੁਹਾਡਾ ਬਾਕੀ PDF 'ਚ ਲਿਖਿਆ ਹੋਇਆ, ਤਾਂ ਉਹ ਸਾਰੇ ਬਾਕੀ ਕੰਮ ਹੁੰਦੇ ਨੇ ਹੋਰ। ਬਸ ਇਹ ਤੁਸੀਂ ਮੇਨ ਗੱਲ ਦਾ ਧਿਆਨ ਰੱਖਿਓ ਵੀ ਜਦੋਂ ਵੀ ਤੁਸੀਂ ਸਰਵਿਸ ਕੋਈ ਵੀ ਕਰਾਉਣ ਜਾਣਾ ਤਾਂ ਆਪਣਾ ਯੂਜ਼ਰ ਮੈਨੂਅਲ ਆ ਜਿਹੜਾ ਜ਼ਰੂਰ ਪੜ੍ਹ ਲਿਓ। ਤੁਸੀਂ ਹੋਰ ਜਿਹੜੇ ਵੀ ਚੀਜ਼ਾਂ ਤੁਸੀਂ ਪ੍ਰੋਬਲਮ ਫੇਸ ਕਰ ਰਹੇ ਆ ਉਹ ਵੀ ਤੁਸੀਂ ਆਹ ਸਰਵਿਸ 'ਚ ਆਪਣੀਆਂ ਕਲੀਅਰ ਕਰਾ ਲਿਓ, ਜੋ ਵੀ ਤੁਹਾਨੂੰ ਹੋਰ ਪ੍ਰੋਬਲਮ ਆ ਰਹੀ ਆ, ਬਾਕੀ ਜੋ ਸਰਵਿਸ 'ਚ ਕੰਮ ਹੋਣਾ ਉਹ ਤਾਂ ਤੁਹਾਡੇ ਹੋਏ ਜਾਣੇ। ਹੁਣ ਉਹ ਤੋਂ ਬਾਅਦ ਜਿਹੜੀ ਇਹਦੇ ਵਿੱਚ ਤੁਹਾਨੂੰ ਕੋਸਟ ਆਉਂਦੀ ਹੈ ਨੋਰਮਲ ਆ ਉਹ 1312 ਰੁਪਈਏ ਹੁੰਦੀ ਆ, ਜਿਹੜੀ ਮਤਲਬ ਨੋਰਮਲ ਆ। ਉਹ ਤੋਂ ਬਾਅਦ ਜਿੰਨੇ ਵੀ ਤੁਸੀਂ ਕੰਮ ਕਰਵਾਓਗੇ ਹੋਰ ਉਹਨਾਂ ਦੇ ਪੈਸੇ ਤੁਹਾਡੇ ਅਲੱਗ ਲੱਗਣੇ ਨੇ। ਹੁਣ ਜਿਹੜੀ ਇਹ ਤੋਂ ਅਗਲੀ ਸਰਵਿਸ ਆ ਉਹ ਹੈਗੀ 4th ਸਰਵਿਸ, ਇਹਦੇ ਵਿੱਚ ਜਿਹੜਾ ਟਾਰਗੇਟ ਹੁੰਦਾ ਆਪਣਾ 15000 ਕਿਲੋਮੀਟਰ ਦੇ 1.5 ਸਾਲ ਦਾ ਹੁੰਦਾ। ਹੁਣ ਜਿਹੜਾ ਵੀ ਇਹਦੇ ਵਿੱਚ ਟਾਰਗੇਟ ਪਹਿਲਾਂ ਪੂਰਾ ਹੋ ਗਿਆ ਤੁਸੀਂ ਉਦੋਂ ਤੋਂ ਆਪਣੀ ਸਰਵਿਸ ਕਰਵਾ ਸਕਦੇ ਆ। ਕਿ ਜਿਹੜੇ ਵੀ ਚੀਜ਼ ਦੇ ਤੁਹਾਡੇ ਕੰਮ ਨੇ, ਜਿੱਦਾਂ ਏਅਰ ਫਿਲਟਰ ਇਹਦੇ ਵਿੱਚ ਆਪਣਾ ਕਲੀਨ ਹੁੰਦਾ ਹੈ,
ਉਹ ਤੋਂ ਬਾਅਦ ਜਿਹੜਾ ਇੰਜਨ ਆਇਲ ਟੋਪ ਅਪ ਹੁੰਦਾ ਤੇ ਸਪਾਰਕ ਪਲੱਗ ਜਿਹੜਾ ਤੁਹਾਡਾ ਰਿਪਲੇਸ ਹੁੰਦਾ ਹੈ। ਤਾਂ ਇਹਨਾਂ ਤੋਂ ਬਾਅਦ ਜਿਹੜੇ ਕੰਮ ਆਉਂਦੇ ਨੇ ਆਪਣੇ ਉਹ ਤੁਹਾਡੇ ਯੂਜ਼ਰ ਮੈਨੂਅਲ ਤੇ PDF ਤੇ ਜ਼ਰੂਰ ਲਿਖੇ ਹੋਏ ਨੇ, ਤਾਂ ਤੁਸੀਂ ਉਹ ਵੀ ਦੇਖ ਕੇ ਸਾਰੇ ਕਰਵਾ ਲਿਓ। ਤੇ ਇਹਦੇ ਵਿੱਚ ਜਿਹੜੀ ਨੋਰਮਲ ਕੋਸਟ ਆਪਾਂ ਨੂੰ 290 ਰੁਪਏ ਆਉਂਦੀ ਆ, ਕਿਉਂਕਿ ਉਹਦੇ ਜਿਹੜਾ ਸਪਾਰਕ ਪਲੱਗ ਹੈ ਜਿਹੜਾ ਤੁਹਾਡਾ ਚੇਂਜ ਹੋਇਆ, ਬਾਕੀ ਸਾਰਾ ਕੁਛ ਤੁਹਾਡੇ ਬੁਲਟ 'ਤੇ ਡਿਪੈਂਡ ਕਰਦਾ ਵੀ ਕਿੰਨਾ ਚੱਲਿਆ ਹੋਵੇ ਜਾਂ ਯੂਜ਼ 'ਤੇ ਡਿਪੈਂਡ ਕਰਦਾ। ਅਤੇ ਬਾਕੀ ਜਿੰਨੀਆਂ ਵੀ ਹੋਰ ਯੂਜ਼ੇਬਲ ਆਈਟਮਾਂ ਹੋਣਗੀਆਂ ਕੰਜ਼ਿਊਮੇਬਲ, ਮਤਲਬ ਉਹ ਜਿਹੜੀਆਂ ਸਾਰੀਆਂ ਤੁਹਾਡੇ 'ਤੇ ਚਾਰਜੇਬਲ ਹੋਣਗੀਆਂ, ਵੀ ਉਹਨਾਂ ਦੀ ਕੋਸਟ ਜਿਹੜੀ ਤੁਹਾਨੂੰ ਦੇਣੀ ਪੈਣੀ ਨਹੀਂ ਐਕਸਟਰਾ। ਜੇ ਤੁਹਾਡਾ ਕੁਛ ਵੀ ਵਿੱਚ ਟੋਪ ਅਪ ਹੁੰਦਾ, ਜਿੱਦਾਂ ਇੰਜਨ ਆਇਲ ਤੁਹਾਡੇ ਬੁਲਟ 'ਤੇ ਜ਼ਿਆਦਾ ਪਾਉਣਾ ਪਿਆ, ਉਹ ਜ਼ਿਆਦਾ ਯੂਜ਼ ਹੋਇਆ, ਇਹ ਸਾਰੀਆਂ ਚੀਜ਼ਾਂ, ਜਿੱਦਾਂ ਹੁਣ ਬ੍ਰੇਕ ਪੈਡ ਹੋ ਗਏ ਉਹ ਵੀ ਯੂਜ਼ 'ਤੇ ਡਿਪੈਂਡ ਨੇ, ਜੇ ਤੁਹਾਡੇ ਉਹ ਘੱਸ ਗਏ ਤਾਂ ਜਦੋਂ ਉਹ ਪਾਉਣਗੇ ਉਹਦੇ ਤੁਹਾਨੂੰ ਪੈਸੇ ਐਕਸਟਰਾ ਦੇਣੇ ਪੈਣੇ ਨੇ। ਬਾਕੀ ਇਹੀ ਨੇ ਉਹ ਤੁਹਾਡੀਆਂ 4 ਸਰਵਿਸਾਂ ਜਿਹੜੀਆਂ ਫ੍ਰੀ ਹੁੰਦੀਆਂ ਨੇ, ਮਤਲਬ ਇਹਨਾਂ ਤੋਂ ਬਾਅਦ ਜਿੰਨੀਆਂ ਵੀ ਸਰਵਿਸਾਂ ਤੁਹਾਡੀਆਂ ਪੇਡ ਨੇ ਉਹ। ਬਾਕੀ ਇਹ 4 ਸਰਵਿਸਾਂ 'ਚ ਜੋ ਵੀ ਕੁਛ ਹੁੰਦਾ ਤੁਹਾਡਾ PDF 'ਚ ਸਾਰਾ ਕੁਝ ਲਿਖਿਆ ਹੋਇਆ, ਤਾਂ ਧਿਆਨ ਨਾਲ ਉਹ ਦੇਖ ਕੇ ਕਰਵਾ ਲਿਓ। ਬਾਕੀ ਹੁਣ ਪੇਡ ਸਰਵਿਸਾਂ ਲਈ ਮੇਰਾ ਓਪੀਨੀਅਨ ਇਹੀ ਹੈ ਵੀ ਤੁਸੀਂ ਏਜੰਸੀ ਤੋਂ ਹੀ ਕਰਵਾਓ, ਵੀ ਉਹਦੇ ਨਾਲ ਤੁਹਾਡਾ ਰਿਕਾਰਡ ਵੀ ਜ਼ਿਆਦਾ ਵਧੀਆ ਰਹਿੰਦਾ ਅਤੇ ਹੋਰ ਵੀ ਜਿੰਨੀਆਂ ਵੀ ਗੱਲਾਂ ਬਾਤਾਂ ਉਹ ਸਹੀ ਰਹਿੰਦੀਆਂ ਨੇ, ਤਾਂ ਬਾਕੀ ਟੋਟਲੀ ਤੁਹਾਡੇ 'ਤੇ ਵੀ ਤੁਸੀਂ ਜਿੱਥੋਂ ਵੀ ਪੇਡ ਕਰਵਾਉਣੀਆਂ ਨੇ। ਹੁਣ ਮਿੱਤਰੋ ਜੇ ਕੁਆਲਿਟੀ ਚੈੱਕਅਪ ਦੀ ਗੱਲ ਆਪਾਂ ਕਰੀਏ ਤਾਂ ਉਹਦੇ ਵਿੱਚ ਇੱਦਾਂ ਹੁੰਦਾ, ਮਤਲਬ ਇਹ ਇੱਕ ਆਪਸ਼ਨ ਹੁੰਦਾ ਆਪਣਾ ਹਰ ਇੱਕ ਸਰਵਿਸ ਤੋਂ ਬਾਅਦ ਜਿਹੜਾ ਹੋਣਾ ਜ਼ਰੂਰੀ ਹੈ। ਇਹਦੇ ਵਿੱਚ ਕੀ ਕਰਨਾ ਪੈਂਦਾ, ਮਕੈਨਿਕ ਨੂੰ ਜਿੱਦਾਂ ਤੁਹਾਡੀ ਸਰਵਿਸ ਹੋਊਗੀ ਉਹ ਤੋਂ ਬਾਅਦ ਮਕੈਨਿਕ ਨੂੰ ਚੈੱਕ ਕਰਨਾ ਪੈਂਦਾ ਬੁਲਟ, ਵੀ ਉਹਦੇ ਵਿੱਚ ਕੋਈ ਪ੍ਰੋਬਲਮ ਆਉਣ ਵਾਲੀ ਤਾਂ ਨਹੀਂ, ਕੋਈ ਪਾਰਟ ਟੁੱਟਣ ਵਾਲਾ ਤਾਂ ਨਹੀਂ ਹੈਗਾ, ਵੀ ਜਾਂ ਜੋ ਵੀ ਉਹਦੇ 'ਚ ਇੰਸਪੈਕਸ਼ਨ ਕਰੇ ਤਾਂ ਪਤਾ ਲੱਗਦਾ, ਉਹ ਕਸਟਮਰ ਨੂੰ ਦੱਸਣਾ ਪੈਂਦਾ ਵੀ ਇਹ ਤੁਹਾਡੀ ਪ੍ਰੋਬਲਮ ਆ ਸਕਦੀ, ਇਹ ਪਾਰਟ ਨੂੰ ਰਿਪਲੇਸ ਕਰਾ ਲਓ ਜਾਂ ਤੁਹਾਡੀ ਇਹ ਪ੍ਰੋਬਲਮ ਆਉਣ ਵਾਲੀ ਆ। ਤਾਂ ਜੇ ਉਹ ਤੋਂ ਬਾਅਦ ਇਹ ਤੁਹਾਨੂੰ ਗੱਲਾਂ ਬਾਤਾਂ ਨਾ ਦੱਸਣ ਅਤੇ ਤੁਹਾਡੀ ਕੋਈ ਵੀ ਪ੍ਰੋਬਲਮ ਬਾਅਦ ਵਿੱਚ ਆ ਜਾਵੇ, ਮਤਲਬ ਸਰਵਿਸ ਤੋਂ ਇੱਕ ਜਾਂ ਦੂਜੇ ਦਿਨ ਜਾਂ ਹਫ਼ਤੇ ਬਾਅਦ ਤੁਹਾਡੀ ਪ੍ਰੋਬਲਮ ਆ ਜਾਵੇ, ਤਾਂ ਤੁਸੀਂ ਫਿਰ ਏਜੰਸੀ ਰਿਲੇਟਡ ਕੰਪਲੇਂਟ ਕਰ ਸਕਦੇ ਆ ਵੀ ਇਹ ਜਿਹੜੀ ਸਾਡੀ ਸਰਵਿਸ ਸਹੀ ਨਹੀਂ ਹੋਈ, ਵੀ ਇਹਦੇ ਵਿੱਚ ਸਾਨੂੰ ਉਹ ਤੋਂ ਬਾਅਦ ਇੰਨੇ ਕੁ ਦਿਨ ਬਾਅਦ ਸਾਨੂੰ ਦਿੱਕਤ ਆ ਗਈ। ਕੁਆਲਿਟੀ ਚੈੱਕ ਦਾ ਮਤਲਬ ਇਹ ਹੁੰਦਾ। ਬਾਕੀ ਤੁਸੀਂ ਹਰ ਇੱਕ ਸਰਵਿਸ ਤੋਂ ਬਾਅਦ ਕੁਆਲਿਟੀ ਚੈੱਕਅਪ ਵਾਲਾ ਜਿਹੜਾ ਕੰਮ ਇਹ ਜ਼ਰੂਰ ਕਰਵਾ ਲਿਆ ਕਰੋ। ਜੇ ਹੁਣ ਤੁਹਾਡੀ ਸਰਵਿਸ ਤੋਂ ਬਾਅਦ ਥੋੜ੍ਹੇ ਟਾਈਮ ਬਾਅਦ ਕੋਈ ਵੀ ਪ੍ਰੋਬਲਮ ਆ ਗਈ ਵਿੱਚ, ਤਾਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਵੀ ਸਾਡੀ ਸਰਵਿਸ ਸਹੀ ਨਹੀਂ ਕਰੀ, ਜਾਂ ਇਹ ਤੁਸੀਂ ਕੁਆਲਿਟੀ ਚੈੱਕ ਵਾਲੇ ਟਾਈਮ ਤੁਹਾਨੂੰ ਦੱਸਿਆ ਨਹੀਂ ਤਾਂ ਵੀ ਇਹ ਤੁਹਾਡੀ ਪ੍ਰੋਬਲਮ ਆਉਣ ਵਾਲੀ ਆ, ਤਾਂ ਤੁਸੀਂ ਉੱਥੇ ਆਪਣਾ ਐਕਸ਼ਨ ਲੈ ਸਕਦੇ ਹੋ। ਇੱਕ ਨਾ ਤੁਹਾਨੂੰ ਮੈਂ ਹੋਰ ਵਧੀਆ ਗੱਲ ਬਾਰੇ ਦੱਸਦਾ, ਜਿੱਦਾਂ ਨਾ ਆਪਾਂ ਨੂੰ ਸਾਈਟ 'ਤੇ ਆਪਣੇ ਸਰਵਿਸ ਕੈਲਕੂਲੇਟਰ ਮਿਲਦਾ ਹੈ, ਤਾਂ ਤੁਸੀਂ ਉਹਦੇ ਵਿੱਚ ਆਪਣਾ ਜਾ ਕੇ, ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ, ਤੁਸੀਂ ਉਹਦੇ ਵਿੱਚ ਜਾ ਕੇ ਆਪਣਾ ਮਾਡਲ ਸਿਲੈਕਟ ਕਰਨਾ ਹੈ। ਉਹ ਤੋਂ ਬਾਅਦ ਤੁਸੀਂ ਆਪਣਾ ਦੇਖ ਸਕਦੇ ਵੀ ਤੁਹਾਡਾ ਕਿਹੜੀ ਸਰਵਿਸ 'ਤੇ ਤੁਹਾਨੂੰ ਕਿੰਨੀ ਕੋਸਟ ਆਊਗੀ, ਵੀ ਟੋਟਲੀ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਵੱਲੋਂ। ਬਾਕੀ ਮੈਂ ਹੁਣ ਤੁਹਾਨੂੰ ਟਿਪਸ ਦੱਸਦਾ ਵੀ ਜਿੱਦਾਂ ਤੁਸੀਂ ਆਪਣਾ ਇੰਜਨ ਨਾਲ ਚੈੱਕ ਕਰਨਾ ਉਹ ਕਿੱਦਾਂ ਕਰਨਾ ਹੈ। ਤੁਸੀਂ ਆਪਣੇ ਬੁਲਟ ਨੂੰ ਮੇਨ ਸਟੈਂਡ 'ਤੇ ਜਾਂ ਸੈਂਟਰ ਸਟੈਂਡ 'ਤੇ ਲਾ ਲੈਣਾ, ਉਹ ਤੋਂ ਬਾਅਦ ਆਪਣੇ ਬੁਲਟ ਨੂੰ ਨਾ ਤੁਸੀਂ 2 ਮਿੰਟ ਲਈ ਸਟਾਰਟ ਰੱਖਣਾ ਹੈ। ਉਹ ਤੋਂ ਬਾਅਦ ਜਿਹੜਾ ਇਹਦੇ ਵਿੱਚ ਪੰਪ ਲੱਗਿਆ ਹੁੰਦਾ ਹੈ, ਉਹ ਆਇਲ ਪੰਪ ਵਾਲਾ ਹੁੰਦਾ, ਜਦੋਂ ਉਹਨੇ ਸਾਰਾ ਤੇਲ ਚੱਕ ਲੈਣਾ ਹੈ 2 ਮਿੰਟ ਬਾਅਦ, ਤਾਂ ਤੁਸੀਂ ਉੱਥੇ ਆਪਣਾ ਦੇਖ ਸਕਦੇ ਆ ਵੀ ਉਹ ਜਿਹੜੇ ਦੱਸ ਰਿਹਾ ਵੀ ਇੰਨਾ ਕੁ ਤੁਹਾਡਾ ਇੰਜਨ ਆਇਲ ਆ ਇੰਜਨ 'ਤੇ। ਬਾਕੀ ਤੁਸੀਂ ਜਦੋਂ ਬੁਲਟ ਨੂੰ ਸਟਾਰਟ ਕਰਦੇ ਆ ਤਾਂ ਉਹਨੂੰ 1-2 ਮਿੰਟ ਜ਼ਰੂਰ ਦਿਆ ਕਰੋ ਚਲਾਉਣ ਤੋਂ ਪਹਿਲਾਂ, ਕਿਉਂਕਿ ਫਿਰ ਤੁਹਾਡਾ ਜਿਹੜਾ ਇੰਜਨ ਆਇਲ ਆ ਨਾ ਉਹ ਸਾਰੇ ਇੰਜਨ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਵੀ ਉਹਨੂੰ ਲੋਡ ਹੁੰਦੀ ਹੈ। ਜੇ ਤੁਸੀਂ ਇੱਦਾਂ ਹੀ ਚਲਾ ਲੈਂਦੇ ਆ ਤਾਂ ਜਿਹੜੀਆਂ ਸੁੱਕੀਆਂ ਗਰਾਰੀਆਂ ਤੁਹਾਡੀਆਂ ਘੁੰਮ ਜਾਂਦੀਆਂ। ਬਾਕੀ ਸਰਵਿਸ ਟਾਈਮ ਜੋ ਵੀ ਤੁਹਾਡੇ ਬੁਲਟ ਵਿੱਚ ਤੋਂ ਕੱਢਦੇ ਆ, ਚਾਹੇ ਉਹ ਆਇਲ ਹੋਵੇ ਚਾਹੇ ਉਹ ਪਾਰਟ ਹੋਵੇ, ਤੁਸੀਂ ਆਪਣਾ ਜ਼ਰੂਰ ਚੱਕ ਲਿਆ ਕਰੋ, ਕਿਉਂਕਿ ਉਹ ਬਾਅਦ ਵਿੱਚ ਤੁਹਾਡਾ ਯੂਜ਼ ਹੋ ਜਾਂਦਾ। ਹਰ ਇੱਕ ਸਰਵਿਸ ਵਿੱਚ ਤੁਹਾਨੂੰ ਵਾਸ਼ ਫ੍ਰੀ ਮਿਲਦਾ, ਤਾਂ ਤੁਸੀਂ ਉਹ ਜ਼ਰੂਰ ਕਰਾ ਲਿਆ ਕਰੋ। ਬਾਕੀ ਤੁਸੀਂ ਏਅਰ ਫਿਲਟਰ 'ਤੇ ਨੋਟ ਕਰ ਲਿਆ ਕਰੋ ਵੀ ਕਦੋਂ ਉਹ ਤੁਹਾਡਾ ਚੈੱਕ ਹੋਇਆ ਜਾਂ ਰਿਪਲੇਸ ਹੋਇਆ, ਤਾਂ ਉਹਦੇ ਨਾਲ ਸੌਖਾ ਰਹਿੰਦਾ ਤੁਹਾਨੂੰ ਬਾਅਦ ਵੀ ਚੈੱਕ ਕਰਨੇ ਨੇ। ਕੀ ਮਿੱਤਰੋ, ਇਹੀ ਸੀਗਾ ਸਰਵਿਸ ਰਿਲੇਟਡ ਬਲੌਗ। ਅਤੇ ਉਹ ਤੋਂ ਬਾਅਦ ਜੇ ਤੁਹਾਨੂੰ ਕੋਈ ਵੀ ਸਰਵਿਸ 'ਚ ਪ੍ਰੋਬਲਮ ਆ ਰਹੀ ਆ ਜਾਂ ਏਜੰਸੀ 'ਚ ਤੁਹਾਨੂੰ ਕੋਈ ਵੀ ਦਿੱਕਤ ਆ ਰਹੀ ਆ, ਮਤਲਬ ਤੁਹਾਨੂੰ ਏਜੰਸੀ ਵਾਲੇ ਚੱਕਰਾਂ 'ਚ ਪਾ ਰਹੇ ਆ, ਤਾਂ ਉਹਦੇ ਰਿਲੇਟਡ ਜਿਹੜੀ ਵੀਡੀਓ ਕੰਪਲੇਂਟ ਵਾਲੀ ਉਹ ਭੱਜੀਓ ਆ ਰਹੀ ਆ, ਤਾਂ ਮਿੱਤਰੋ ਟੈਨਸ਼ਨ ਨਾ ਲਓ। ਤਾਂ ਮਿੱਤਰੋ ਇਹੀ ਸੀਗਾ ਅੱਜ ਦਾ ਵਲੌਗ ਸਰਵਿਸ ਰਿਲੇਟਡ, ਤਾਂ ਹੋਪ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੋਊਗਾ, ਅਤੇ ਆਪਾਂ ਮਿਲਦੇ ਹਾਂ ਅਗਲੇ ਵਲੌਗ ਵਿੱਚ। ਬਾਏ ਬਾਏ।